देखो आ उंगली कहंदे मेरी उंगली तोड़ देगी, आ कह रहे मेरी उंगली तोड़ देंगे, यही करना चाहते ने भी उंगली तोड़ देंगे ते तेरी उंगली मेरी मेरी सामने वेख लो आ कुछ है भी उंगली तोड़ देंगे तेरी उंगली तोड़ देंगे तेरी उंगली तोड़ देंगे तोड़ दो जी असीं बैठे हैं बाहर पहला भी बैठे हैं बच्चा हाँ मरदा मरदा ही बचाया है ओ, कोई नहीं तुसी बचाया कोई गल नहीं कोई गल नहीं तुसी बचाया आ वेख लो तू बचाया फिर तुसी बचाया ਤੁਸੀਂ ਬਚਾਇਆ ਜੋਰ ਵਿਖਾ ਬਾਹਰ ਆ ਕੇ ਵਿਖਾ ਫਿਰ ਜੋਰ ਉਹ ਡਾਕਟਰ ਸਾਹਿਬ ਆ ਜਾ ਕੀ ਗੱਲ ਕਰੋ ਆ ਵਿਖਾ ਜੋਰ ਬਾਹਰ ਆ ਕੇ ਮੈਂ ਜੋਰ ਦੇਖ ਲੈਣੀ ਆ ਕਿਹੜੀ ਗੱਲ ਇੱਥੇ ਜੋਰ ਭੁੱਲੇ ਨੇ ਆ ਹਾਲਾਤ ਨੇ ਸੰਗਤ ਜੀ ਆ ਵੇਖ ਲਓ ਤੁਸੀਂ ਇਦਾਂ ਦੇ ਆ ਡਾਕਟਰ ਤੁਸੀਂ ਵੇਖ ਲਿਆ ਵੀ ਆ ਬਾਹਰ ਬਾਹਰ ਆ ਕੇ ਬਕਵਾਸ ਮਾਰ ਆ ਵੇਖ ਲਿਆ ਤੁਸੀਂ ਇੱਕ ਮਿੰਟ ਬਾਹਰ ਆ ਕੇ ਹਾਲਾਤ ਵੇਖ ਲਿਆ ਤੁਸੀਂ ਨਾਲ ਡਾਕਟਰਾਂ ਨੇ ਆ ਡਾਕਟਰ ਨੇ ਇਹ ਸੰਜੀਵਨੀ ਹਸਪਤਾਲ ਹੈ ਰਾਜਪੁਰੇ ਦਾ ਕਸਾਈ ਆ ਕਸਾਈ ਹਸਪਤਾਲ ਹੈ ਕਸਾਈ ਕਸਾਈ ਡਾਕਟਰ ਤੁਹਾਡੇ ਸਾਹਮਣੇ ਗਰੀਬ ਦਾ ਹੱਕ ਲੈਣ ਪਹੁੰਚੇ ਕਹਿੰਦੇ ਉਂਗਲੀ ਤੋੜ ਦੇਣਗੇ ਉਂਗਲੀ ਆ ਇਹ ਸਾਡੇ ਵਰਗਿਆਂ ਨਾਲ ਕਰਦੇ ਗਰੀਬ ਨਾਲ ਕੀ ਕਰਦੇ ਹੋਣਗੇ ਕੀ ਕਰਨਗੇ ਗਰੀਬ ਦੇ ਨਾਲ ਇਹ ਅੰਦਰੋਂ ਫੜ ਕੇ ਵੀਡੀਓ ਬਣਾਉਂਦੇ ਨੇ ਵੀਡੀਓ ਅੰਦਰੋਂ ਖੜ ਕੇ ਵੀਡੀਓ ਬਣਾ ਰਹੇ ਬੋਲਦੇ ਪ੍ਰਸ਼ਾਸਨ ਦੇ ਸਾਹਮਣੇ ਪੁਲਿਸ ਸਟਾਫ ਖੜੇ ਐਸ ਐਚ ਓ ਸਾਹਿਬ ਖੜੇ ਨੇ ਸਾਹਮਣੇ ਸੀ ਆਈ ਡੀ ਵਾਲੇ ਅਫਸਰ ਖੜੇ ਨੇ ਉਹਨਾਂ ਦੇ ਸਾਹਮਣੇ ਕਿਹਾ ਇਹਨਾਂ ਨੇ ਉਂਗਲੀ ਤੋੜ ਦੇਣਗੇ ਕਰਾਉਣੇ ਬਾਬਾ ਜੀ ਕਰਾਉਣੇ ਸਾਹਮਣੇ ਬੋਲਿਆ ਤੁਹਾਡੇ ਜਨਾਬ ਪਰਚਾ ਕਰੋ उंगली उंगली तोड़ दंगे तेरी असि ते तमियान दाणी बैठे हां तुसी उंगलियां तोड़ने वाले हो मेरी संगत नूं बेनती है जिन्ने रायपुर के वीरां भैणां भरावां नूं भी इदां दे हंकारियां दा हंकार इदां ही टुटना वध तों वध संगत जिहड़ी इत्थे आके पहुंचो वध तों वध आओ इत्थे वध तों वध आओ इत्थे इत्थे आओ वध तों वध इह हंकार इहनां दा इदां ही टुटदा हंकार इहनां दा सति श्री अकाल जी कारवाई चाहिए सानू कारवाई पहला भी कंप्लेटा ने पत्रकार दस रहे आ गए पत्रकार दस रहे भी पहला भी कंप्लेटा ने आ गए जेडे रोज इन्हें कमां च कहिंदे ने पत्रकार आ वेखो ए हंकार सामने विखा विखा हंकार वेख उधर उंगली तोड़ने गल करते उंगली तोड़न दिया ये खड़े ने सामने तोड़ो उंगली आ जाओ नंगा करो अंदर बढ़ के उंगली तोड़ना बाहर आके देखे उंगली किधर टूटती है ਅਖਰ ਆ ਕੇ ਪਤਾ ਲੱਗਦਾ ਅੰਦਰ ਵੜ ਕੇ ਤਾਂ ਕਹਿ ਦੇਣਾ ਆ ਜਾਓ ਨਾ ਅਖਰ ਆ ਕੇ ਦੇਖ ਲਈ ਕਿਸ ਤਰ੍ਹਾਂ ਟੁੱਟਦੀ ਹੈ ਕੋਈ ਨਾ ਜਿੱਦਾਂ ਜੋ ਤਾਂ ਮੈਂ ਤਾਰ ਦਾਂ ਆ ਜਾ ਕੋਈ ਗੱਲ ਨਹੀਂ ਫਿਰ ਇਹ ਕੀ ਤਾਰ ਦੋ ਆ ਜਾ ਬਾਹਰ ਉਹ ਸੰਜੀਵ ਬਾਹਰ ਆ ਤੁਮ ਕਸਦੇ ਆ ਕੀ ਤਾਰ ਦੋ ਆਪਣੇ ਬਾਹਰ ਹੈ ਤੂੰ ਕੀ ਕਰਨਾ ਆਪਾਂ ਬੋਲਦਾ ਪਿਆ ਗਲਤ ਬੋਲਦਾ ਬੰਦ ਡਾਕਟਰ ਬੋਲੀ ਜਾਣਦੇ ਕੋਈ ਜਾਣ ਤੂੰ ਆਪਾਂ ਨਹੀਂ ਬੋਲਣਾ ਨਹੀਂ ਤੇ ਅਹੀਂ ਤੇ ਕੋਈ ਕਹਿ ਨਹੀਂ ਤੈਨੂੰ ਤੋੜਨਾ ਜਾਂ ਭੰਗਣਾ ਅਹੀਂ ਤਾਂ ਕੋਈ ਗੱਲ ਹੀ ਨਹੀਂ ਕਿਤੇ ਤੈਨੂੰ ਤੋੜਨਾ ਜਾਂ ਤੈਨੂੰ ਮਾਰਨਾ ਅਹੀਂ ਤਾਂ ਕਾਰਵਾਈ ਵਾਸਤੇ ਆਏ ਸਰਦਾਰ ਸਾਹਿਬ ਕਰਦੇ ਆ ਕਾਰਵਾਈ ਆਪਾਂ ਤੁਹਾਡੇ ਨਾਲ ਸਾਨੂੰ ਨਾ ਦਿਖਾਈ ਪੱਤਰਕਾਰ ਦੋ ਮਿੰਟ ਪੱਤਰ ਕਰਦੇ ਪੱਠੇ ਵੀ ਹੋ ਲਈ ਦੋ ਮਿੰਟ ਪੱਤਰਕਾਰ ਹੋਣਾ ਦਿਖਾਈ ਦੋ ਮਿੰਟ ਬਾਕੀ ਜਿਹਨੂੰ ਮਰਜ਼ੀ ਦਿਖਾਈ ਨੀਲੇ ਹੱਥ ਪੈਰ ਉੱਤੇ ਪੂਰਾ ਨੀਤਾ ਹੋ ਗਿਆ ਜਿੱਥੇ ਜਾਓ ਜੀ ਸਾਡੇ ਇੱਥੋਂ ਬਾਹਰ ਹੈ
24 घंटे बच्चे ने दुध ही नहीं पीता, बच्चे ने कुछ क्रिया ही नहीं की, तुम फिर दोष परिवार को दे रहे हो। बच्चा कोई नहीं कर लेंगे, कर लेंगे। ਦੋਰਾ ਸਿੰਘ ਪਿੰਡ ਆਸ਼ਕਪੁਰ ਡਿਊਟੀ ਕਰਦਾ ਇਹ ਬਦਮਾਸ਼ੀ ਏਦਾਂ ਅੰਦਰੋਂ ਸ਼ਰਿਆਮ ਕਹਿੰਦੇ ਤੁਹਾਨੂੰ ਦੇਖ ਲਾਂਗੇ, ਘੜੀ ਉਂਗਲਾਂ ਤੋੜ ਦਾਂਗੇ। ਸ਼ਰਿਆਮ ਅੰਦਰੋਂ ਕਹਿ ਰਹੇ ਨੇ, ਸ਼ਰਿਆਮ ਅੰਦਰੋਂ ਪ੍ਰਸ਼ਾਸਨ ਦੇ ਸਾਹਮਣੇ ਨਾਲੇ ਗੱਲ ਕਹੀ ਹੈ, ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਗੱਲਾਂ ਬੋਲੀਆਂ ਹੈ। ਪ੍ਰਸ਼ਾਸਨ ਆਪ ਇਸ ਗੱਲ ਦਾ ਗਵਾਹੀ ਭਰੇਗਾ ਵੀ ਇਹਨੇ ਗੱਲ ਬੀਬੀ ਨੇ ਬੋਲੀ, ਤੇਰੇ ਉਂਗਲਾਂ ਤੋੜ ਦਾਂਗੇ। ਪ੍ਰਸ਼ਾਸਨ ਦੇ ਸਾਹਮਣੇ ਕਿਹਾ ਇਹਨਾਂ ਨੇ, ਪ੍ਰਸ਼ਾਸਨ ਆਪ ਇਸ ਗੱਲ ਨੂੰ ਵੇਖੇ ਹੁਣ। ਬੱਚੇ ਨੂੰ ਨਾ ਤਾਂ ਇਹਨਾਂ ਨੇ ਸਾਰੀ ਦਰਾਨੀ ਵਾਸਤੇ ਗਿਆ, ਪਹਿਲੀ ਗੱਲ ਤੇ ਇਹੀ ਆ ਜਾਂਦੀ। ਫਿਰ ਬੱਚਾ ਮਿਲਦਾ ਜਦੋਂ ਬੱਚਿਆਂ ਨੂੰ ਬੁਰੇ ਹਾਲ ਹੋ ਗਏ ਤਾਂ ਬੱਚਾ ਪੂਰਾ ਨਿਕਲਾ ਹੋ ਗਿਆ, ਸਾਹ ਲੈਣੇ ਬੱਚੇ ਨੂੰ ਔਖਾ ਕਹਿੰਦੇ ਲੈ ਜਾਓ, ਤੇ ਜਦੋਂ ਲੈ ਆਣ ਆਏ ਕਹਿੰਦੇ ਵੀ ਤੁਹਾਨੂੰ ਅਸੀਂ ਕਹਿੰਦੇ ਵੀ ਤੁਹਾਨੂੰ ਤੇ ਕਹਿ ਰਹੇ ਬੱਚਾ ਠੀਕ ਨਹੀਂ ਲੱਗਦਾ, ਬੱਚਾ ਆਪ ਕਹਿ ਰਿਹਾ, ਉਹਨੇ ਡਾਕਟਰ ਤਾਂ ਹੈ ਨੀ, ਇੱਕ ਫੀਲਿੰਗ ਜੁੜੀ ਹੁੰਦੀ ਹੈ ਨਾ, ਬੱਚਾ ਠੀਕ ਲੱਗ, ਇਹ ਕਹਿੰਦੇ ਸਾਨੂੰ ਪਤਾ ਤੁਹਾਨੂੰ ਪਤਾ ਬੱਚਾ ਠੀਕ ਹੈ ਕਿ ਨਹੀਂ ਠੀਕ, ਇਹ ਕਹਿੰਦੇ ਰਹੇ ਨੀ ਬੱਚਾ ਠੀਕ ਨਹੀਂ ਲੱਗ ਰਿਹਾ, ਬੱਚਾ ਠੀਕ ਨਹੀਂ ਲੱਗ ਰਿਹਾ, ਕਹਿੰਦੇ ਅਸੀਂ ਡਾਕਟਰ, ਅਸੀਂ ਡਾਕਟਰ। ਤੇ ਜਦੋਂ ਇਹ ਲੈ ਕੇ ਜਾਣਾ ਸੀ ਤਾਂ ਉਦੋਂ ਕਹਿੰਦੇ ਵੀ ਤੁਹਾਡਾ ਬੰਦਾ ਕੋਈ ਇੱਥੇ ਹੈ ਨਹੀਂ ਸੀ, ਵੀ ਤੁਸੀਂ ਇੱਥੇ ਹਾਜ਼ਰ ਨਹੀਂ, ਤੁਸੀਂ ਬੱਚੇ ਦੀ ਕੇਅਰ ਨਹੀਂ ਕੀਤੀ। ਬੱਚਾ ਜੀ ਦਰੇਸ਼ ਹਸਪਤਾਲ 'ਚ 10 ਦਿਨ ਲਾ ਕੇ ਉੱਥੇ ਵੈਂਟੀਲੇਟਰ ਰਿਹਾ, 4 ਦਿਨ 5 ਦਿਨ ਵੈਂਟੀਲੇਟਰ ਦੇ, 10 ਮਿੰਟ ਨਾ ਜਾਂਦੇ ਡਾਕਟਰ ਦਿਨੇਸ਼ ਕੋਲ ਪੁੱਛ ਲਓ ਬੱਚਾ ਜਿਉਂਦਾ ਰਹਿੰਦਾ ਕਿ ਨਾ ਰਹਿੰਦਾ। ਇੱਥੇ ਫਿਰ ਅਸੀਂ ਜਦੋਂ ਲੈ ਕੇ ਗਏ ਆ 15,000, ਅਸੀਂ ਕਿਹਾ ਨਹੀਂ ਅਸੀਂ ਨਹੀਂ ਦੇਣਾ ਭਾਈ, ਸਾਡਾ ਬੱਚਾ ਉੱਥੇ ਆ, ਅਸੀਂ ਤੇ ਉਹ ਵੀ ਪੈਸੇ ਨਾਲ ਕੋਈ ਭਰਾਣੇ ਸੀ, ਪਰ ਅਸੀਂ ਨਹੀਂ ਰੋਲਾ ਪਾਇਆ, ਅਸੀਂ ਤਾਂ ਨਹੀਂ ਪਾਇਆ, ਚੱਲ ਕੋਈ ਗੱਲ ਨਹੀਂ ਸਾਡਾ ਬੱਚਾ ਬਚ ਗਿਆ ਗਿਆਨੀ ਦਾ, ਅਸੀਂ ਫੀਸ ਆਪਣੇ ਜੱਥੇ ਵੱਲੋਂ ਭਰੀ, ਸਾਰੇ ਸੇਵਾ ਅਸੀਂ ਆਪਣੇ ਵੱਲੋਂ ਭਰਤੀ ਵੀ ਛੱਡ ਪਰਾਂ। ਬਾਅਦ ਜਦੋਂ ਸਰਟੀਫਿਕੇਟ ਲੈਣ ਆਇਆ ਇਹ ਕਹਿੰਦਾ ਵੀ ਤੂੰ ਪੈਸੇ ਦੇ, ਅਸੀਂ ਕਿਹਾ ਵੀ ਪੈਸੇ ਕਾਹਦੇ, ਤੂੰ ਤਾਂ ਬੱਚਾ ਸੀ ਤੇ ਕੋਈ ਵੀ ਤੇ ਕੋ ਭਰਾਉਣੇ ਸੀ, ਬਣਦੀ ਤੇਰੇ ਜਦੋਂ ਬੱਚਾ ਤੂੰ ਉੱਥੇ, ਅਜੇ ਵੀ ਬੱਚੇ ਨੂੰ ਇਹ ਕਹਿ ਰਹੇ ਨੇ ਵੀ ਇਹੀ ਕਹਿੰਦੇ ਵੀ ਤੁਹਾਡੀ ਗਲਤੀ ਕਰਕੇ ਹੋਇਆ ਵੀ ਜਦੋਂ ਜੰਮਿਆ ਬੱਚਾ ਇਹ ਡਾਕਟਰ ਨੇ, ਇਹ ਡਾਕਟਰ ਨੇ ਹੁਣ ਸਰਟੀਫਿਕੇਟ ਕਹਿੰਦਾ ਬੈਂਡ ਦਾ ਕਰਕੇ ਵਿਖਾ ਕਰਨਾ, ਆਹ ਹੁਣ ਵੀ ਅੰਦਰੋਂ ਕਹਿ ਰਹੇ ਨੇ ਤੁਹਾਡੀ ਉਂਗਲਾਂ ਤੋੜ ਦਾਂਗੇ, ਅੰਦਰ ਨੇ ਡਾਕਟਰ ਦਾ ਨੰਬਰ ਨੀ ਸਾਡੇ ਕੋਲ, ਪ੍ਰਸ਼ਾਸਨ ਦੇ ਸਾਹਮਣੇ ਉਂਗਲਾਂ ਤੋੜ ਦੇਗੀ, ਉਂਗਲਾਂ ਤੋੜ ਦੇ ਕਹਿੰਦੀ ਸਾਰੇ ਸਾਹਮਣੇ ਬੋਲੀ, ਤੋੜ ਦੇ ਉਂਗਲਾਂ ਅਸੀਂ ਬੈਠੇ ਬਾਹਰ, ਅਸੀਂ ਕੁਛ ਨੀ ਕਹਿੰਦੇ, ਆ ਲੋ ਤੁਹਾਡੇ ਨਾਲ ਬਚਨ ਹੈ ਵੀ ਮੈਂ ਇੱਕ ਵੀ ਇੱਥੇ ਉਂਗਲ ਨਹੀਂ ਕਰੂੰਗਾ, ਮੈਂ ਉਂਗਲ ਰੱਖੀ ਹੈ ਜੇ ਹਿੰਮਤ ਹੈ ਡਾਕਟਰ ਜਨਾਨੀ 'ਚ, ਨਾ ਮੇਰਾ ਬੰਦਾ ਕੋਈ ਬੋਲੂ ਨਾ ਕੋਈ ਆਊ, ਜਿਹਦੇ 'ਚ ਹਿੰਮਤ ਹੈ ਜੰਮਿਆ ਮਾਂ ਦਾ ਜ਼ੁਰਤ ਇਹਨਾਂ ਦੇ 'ਚ ਆ ਕੇ ਉਂਗਲ ਤੋੜ ਦੇ, ਮੈਂ ਇੱਥੇ ਬੈਠਾ, ਕੋਈ ਬੰਦਾ ਮੇਰਾ ਨੇੜੇ ਨਹੀਂ ਆਊਗਾ, ਕੋਈ ਸਿੰਘ ਨੇੜੇ ਨਹੀਂ ਆਊਗਾ, ਇਹਨੂੰ ਟਾਈਮ ਦਿੱਤਾ ਵੀ 5 ਮਿੰਟ ਤੇਰੇ ਦੇਣਾ, 5 ਮਿੰਟ ਤੇਰੇ ਤੂੰ ਉਂਗਲ ਤੋੜ ਲਾ, 5 ਮਿੰਟ ਮੈਨੂੰ ਦੇ ਦੀ, ਫਿਰ ਮੈਂ ਕੀ ਤੋੜ ਕੇ ਖਾਊਂ, ਫਿਰ ਮੈਂ ਪਹਿਲਾਂ ਤੈਨੂੰ ਦਊਂਗਾ ਟਾਈਮ ਵੀ ਆ ਫੜ ਤੋੜ ਲਾ ਉਂਗਲਾ ਜੋ 5 ਮਿੰਟ ਤੇਰੇ, ਤੇ ਕੋਈ ਜੋ ਸੜਦਾ ਬਣੇਗਾ ਕਰ ਲਈ, ਨਾ ਮੇਰਾ ਕੋਈ ਬੰਦਾ ਨੇੜੇ ਆਊ ਨਾ ਮੈਂ ਨੇੜੇ ਆਊ, ਹੈ ਨਾ ਇਹ ਬਣਿਆ ਜਿਹੜਾ ਰੈਸਲਰ ਬਣਿਆ, ਆ ਜੇ ਭਲਵਾਨ ਬਣਿਆ, ਆ ਜੇ ਬੱਚੇ
अगे अपनी गड्डी खड़ी है बाहर पता लग कचहरियां पिछे करके उधर बसा दे पिछे बसा दे बैठे वैसे मैंने पता रखा कह रही
स्टाफ मेरे को आया कई बार गड़े तनखावा मारिया मैं नहीं पैंता मैं चल कोई नी कर लो वाकई भाव लगे वाकई संजीवनी हस्तार संजीवनी हस्तार संजीवनी हस्तार जलाद डॉक्टर जलाद डॉक्टर जलाद डॉक्टर संजीवनी हस्तार संजीवनी हस्तार बाबा जी करो कृपा चलो संजीवनी हस्तार संजीवनी हस्तार जलाद डॉक्टर जलाद डॉक्टर संजीवनी हस्तार संजीवनी हस्तार कसाई खाना कसाई डॉक्टर कसाई डॉक्टर संजीवनी हस्तार संजीवनी हस्तार मैं बैठ कर